ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਤੋਂ 165 ਮੁਹੱਲਾ ਕਲੀਨਿਕਾਂ ਦਾ ਵਰਚੁਅਲ ਉਦਘਾਟਨ ਕੀਤਾ ਗਿਆ। ਉਸ ਦੌਰਾਨ ਮੋਹਾਲੀ ਨੂੰ ਬਲੌਂਗੀ ਵਿਖੇ 35ਵਾਂ ਆਮ ਆਦਮੀ ਕਲੀਨਿਕ ਮਿਲਿਆ। ਬਲੌਂਗੀ ਚ ਖੋਲੇ ਜਾ ਰਹੇ ਆਮ ਆਦਮੀ ਕਲੀਨਿਕ ਦਾ ਰਸਮੀ ਉਦਘਾਟਨ ਮੋਹਾਲੀ ਦੇ ਵਾਰਡ ਨੰਬਰ 38 ਤੋਂ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਕੀਤਾ। ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਰਸਮੀ ਉਦਘਾਟਨ ਤੋਂ ਬਾਅਦ ਕਿਹਾ ਕਿ ਅੱਜ ਜਿਸ ਇਲਾਕੇ ਚ ਆਮ ਆਦਮੀ ਕਲੀਨਿਕ ਖੋਲਿਆ ਗਿਆ ਹੈ ਉਸ ਦੀ ਇੱਥੇ ਸਖਤ ਜ਼ਰੂਰਤ ਸੀ। ਹੁਣ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਉਹਨਾਂ ਦੇ ਘਰ ਨੇੜੇ ਮੁਹੱਈਆ ਕਰਵਾਈਆਂ ਜਾਣਗੀਆਂ। ਆਮ ਆਦਮੀ ਕਲੀਨਿਕ 75 ਕਿਸਮਾਂ ਦੀਆਂ ਮੁਫ਼ਤ ਦਵਾਈਆਂ ਦੇ ਨਾਲ ਨਾਲ 41 ਲੈਬ ਟੈਸਟ ਸੇਵਾਵਾਂ ਵੀ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਸਥਾਨਕ ਵਿਧਾਇਕ ਕੁਲਵੰਤ ਸਿੰਘ ਦੇ ਅਣਥੱਕ ਯਤਨਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇੱਥੇ ਕਲੀਨਿਕ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਬਲੌਂਗੀ ਦੇ ਵਿਕਾਸ ਕੰਮਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਹ ਮੁਹੱਲਾ ਕਲੀਨਿਕ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਵਾਅਦਾ ਕੀਤਾ ਗਿਆ ਸੀ ਉਹਦੇ ਤਹਿਤ ਇਹ 5ਵਾਂ ਫੇਸ ਹੈ ਜਿਹਦੇ ਵਿੱਚ ਕਿ ਮੋਹਾਲੀ ਜ਼ਿਲ੍ਹੇ ਦੇ ਵਿੱਚ 35 ਨੇ ਜਿਹੜੇ ਉਹ ਮੁਹੱਲਾ ਕਲੀਨਿਕ ਖੁੱਲ੍ਹ ਚੁੱਕੇ ਨੇ ਅਤੇ ਅੱਜ ਇਹ ਸਾਡੇ ਹਲਕੇ ਮੋਹਾਲੀ ਦੇ ਵਿੱਚ ਜੋ ਕਿ ਬਲੌਂਗੀ ਦੇ ਲੋਕਾਂ ਦੇ ਪਿਛਲੇ 2 ਸਾਲਾਂ ਤੋਂ ਡਿਮਾਂਡ ਵੀ ਸੀ, ਲੋਕਾਂ ਦੀ ਉਮੀਦ ਵੀ ਸੀ, ਤਾਂ ਇਹ ਅੱਜ ਬਲੌਂਗੀ ਦੇ ਵਿੱਚ ਖੁੱਲ੍ਹ ਰਿਹਾ ਜੀ। ਕਿੰਨੀ ਕਿਸਮ ਲੱਗਦਾ ਕਿ ਇਹਦੇ ਖੁੱਲ੍ਹਣ ਨਾਲ ਲੋਕਾਂ ਨੂੰ ਸਹੂਲਤ ਮਿਲਣ ਜਾ ਰਹੀ ਹੈ, ਕਿਉਂਕਿ ਲੋਕਾਂ ਨੂੰ ਬਹੁਤ ਸਾਰਾ ਹਸਪਤਾਲ 'ਚ ਘੁੰਮਣਾ ਪੈਂਦਾ ਸੀ, ਉਹਨਾਂ ਨੂੰ ਪੈਸੇ ਲੱਗਦੇ ਸੀਗੇ, ਕਈ ਤਰ੍ਹਾਂ ਦੀਆਂ ਦਿੱਕਤਾਂ ਹੋਰ ਹੁੰਦੀਆਂ, ਜ਼ਿਆਦਾਤਰ ਬਜ਼ੁਰਗਾਂ ਨੂੰ ਜ਼ਿਆਦਾ ਹੁੰਦਾ ਜੀ। ਦੇਖੋ ਇਹ ਸਹੂਲਤ ਤਾਂ ਹੈ ਹੀ ਹੈ ਅਤੇ ਖਾਸ ਕਰ ਬਲੌਂਗੀ ਦੇ ਲੋਕਾਂ ਵਾਸਤੇ, ਕਿਉਂਕਿ ਲੋਕ ਬਲੌਂਗੀ ਦੇ ਵਿੱਚ ਆਬਾਦੀ ਬਹੁਤ ਹੈ, 15,000 ਤੋਂ ਇੱਥੇ ਰਜਿਸਟਰਡ ਵੋਟਰ ਹੀ ਹੈ ਜੀ, ਅਤੇ ਇਹਨਾਂ ਵੋਟਰਾਂ ਨੂੰ ਆਪਣੇ ਇਲਾਜ ਵਾਸਤੇ 6 ਫੇਸ ਹਸਪਤਾਲ ਜਾਣਾ ਪੈਂਦਾ ਸੀ। ਇੱਥੋਂ ਪਹਿਲਾਂ ਜਾਣ ਦੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਸੀਗੀ, ਫਿਰ ਉੱਥੇ ਕਈ ਵਾਰ ਰਸ਼ ਹੋਣ ਕਰਕੇ ਅਟੈਂਡ ਘੱਟ ਹੁੰਦੇ ਸੀਗੇ। ਹੁਣ ਇੱਥੇ ਮੁਹੱਲਾ ਕਲੀਨਿਕ ਖੁੱਲ੍ਹਣ ਦੇ ਨਾਲ 38 ਤਰੀਕੇ ਦੇ ਜਿਹੜੇ ਟੈਸਟ ਨੇ, ਲੈਬ ਟੈਸਟ, ਉਹ ਫ੍ਰੀ 'ਚ ਹੋਣਗੇ ਜੀ, ਅਤੇ 80 ਤਰੀਕੇ ਦੀਆਂ ਜਿਹੜੀ ਦਵਾਈਆਂ ਨੇ ਉਹ ਉਪਲਬਧ ਹੋਣਗੇ। ਅਤੇ ਇੱਕ ਹਲਕਾ ਮੋਹਾਲੀ ਵਾਸਤੇ ਵੀ ਅਤੇ ਬਲੌਂਗੀ ਦੇ ਲੋਕਾਂ ਲਈ ਖਾਸ ਕਰਕੇ ਇੱਕ ਬੜਾ ਵੱਡਾ ਤੋਹਫਾ ਹੈ ਜੋ ਮਾਨ ਸਰਕਾਰ ਵੱਲੋਂ ਦਿੱਤਾ ਗਿਆ। ਐਮਐਲਏ ਸਾਹਿਬ 2 ਸਾਲ ਹੋ ਗਏ ਇੱਥੇ ਵਿਧਾਇਕ ਦੀ ਜਿਹੜੀ ਲਗਾਤਾਰ ਬਲੌਂਗੀ ਲਈ, ਕਿੰਨਾ ਕੁ ਉਹਨਾਂ ਨੇ ਦੇਖਿਆ ਜਾਵੇ ਕੰਮ ਕੀਤਾ, ਜਾਂ ਤੁਹਾਨੂੰ ਲੱਗਦਾ ਕਿ ਜਿਹੜੇ ਹੁਣ ਤੱਕ ਸਰਕਾਰਾਂ ਆਈਆਂ ਨੇ ਉਹਨਾਂ ਨੇ ਇੱਥੇ ਕਿੰਨਾ ਕੰਮ? ਦੇਖੋ ਜਿੰਨਾ ਕੁ ਅਸੀਂ ਦੇਖਿਆ ਕਿ ਪਹਿਲਾਂ ਦੀਆਂ ਜੋ ਸਰਕਾਰਾਂ ਸੀ ਉਹ ਲੀਡਰ ਸੀ, ਉਹ ਬਲੌਂਗੀ ਨੂੰ ਸਿਰਫ ਇੱਕ ਵੋਟ ਬੈਂਕ ਨਾਲ ਜੋੜ ਕੇ ਦੇਖਦੇ ਸੀ, ਪਰ ਐਮਐਲਏ ਸਾਹਿਬ ਨੇ ਪਿਛਲੇ 2 ਸਾਲਾਂ ਦੇ ਵਿੱਚ ਸਭ ਤੋਂ ਪਹਿਲਾਂ 3 ਟਿਊਬਵੈੱਲ ਜੋ ਹੈਗੇ ਨੇ ਉਹ ਸ਼ੁਰੂ ਕਰਵਾਏ ਨੇ। ਉਹ ਤੋਂ ਬਾਅਦ ਜੋ ਏਕਤਾ ਕਲੋਨੀ ਸੀਗੀ, ਵਾਲ ਟੂ ਵਾਲ ਦੀ ਸੜਕ ਬਣਾ ਕੇ ਕਨੈਕਟੀਵਿਟੀ ਕਰਾਈ ਹੈ। ਉਸ ਤੋਂ ਬਾਅਦ ਸਭ ਤੋਂ ਵੱਡੀ ਸਮੱਸਿਆ ਸੀ ਜੋ ਬਲੌਂਗੀ ਦੇ ਲੋਕਾਂ ਦੀ, ਉਹ ਸੀਗੀ ਦਸ਼ਮੇਸ਼ ਮਾਰਕੀਟ ਦੇ ਅੱਗੇ ਜੋ ਸੜਕ ਬਣੀ ਨਹੀਂ ਹੋਈ ਸੀਗੀ, ਪਾਣੀ ਖੜ ਜਾਂਦਾ ਸੀ, ਦੁਕਾਨਦਾਰਾਂ ਦੇ ਵਪਾਰ ਦੇ ਵਿੱਚ ਪ੍ਰੋਬਲਮ ਆਉਂਦੀ ਸੀਗੀ, ਉਹ ਵੀ ਜਿਹੜੀ ਸੜਕ ਹੈ ਉਹ ਬਣਨੀ ਸ਼ੁਰੂ ਹੋ ਚੁੱਕੀ ਹੈ। ਇੱਕ ਬਹੁਤ ਵੱਡੀ ਰਾਹਤ ਹੈ ਜੋ ਬਲੌਂਗੀ ਦੇ ਲੋਕਾਂ ਨੂੰ ਮਿਲਣੀ ਹੈ। ਨਾਲ ਹੀ ਆਉਣ ਵਾਲੇ ਟਾਈਮ 'ਚ 1-2 ਮਹੀਨੇ ਦੇ ਵਿੱਚ ਇੱਕ ਬੜਾ ਸੁੰਦਰ ਅਤੇ ਵਰਲਡ ਕਲਾਸ ਬੈਡਮਿੰਟਨ ਕੋਰਟ ਹੈ ਜਿਹੜਾ, ਉਹ ਵੀ ਬਲੌਂਗੀ ਦੇ ਲੋਕਾਂ ਲਈ ਦਿੱਤਾ ਜਾਏਗਾ, ਤਾਂ ਜੋ ਕਿ ਜਿਹੜੇ ਨੌਜਵਾਨ ਨੇ, ਵੀਰ ਭਰਾ ਨੇ ਉੱਥੇ ਖੇਡ ਕੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਣ। ਜਿਹੜੇ ਖਾਲੀ ਪਈਆਂ ਜਗ੍ਹਾ ਮੰਡੀ ਜਿੱਥੇ ਲੱਗਦੀ ਹੈ, ਇੱਥੇ ਵੀ ਕੋਈ ਵੱਡਾ ਪ੍ਰੋਜੈਕਟ ਦਾ ਕੋਈ ਜਿਹੜੀ ਪਾਈਪਲਾਈਨ 'ਚ ਹੈ ਜਾਂ ਕੁਛ ਉਮੀਦ ਹੈ? ਉਹਦੇ ਬਾਰੇ ਸਾਡਾ ਵਿਚਾਰ ਚੱਲ ਰਿਹਾ, ਉਸ ਜਗ੍ਹਾ ਨੂੰ ਵੀ ਅਸੀਂ ਕਿਸ ਤਰੀਕੇ ਨਾਲ ਯੂਟੀਲਾਈਜ਼ ਕੀਤਾ ਜਾ ਸਕਦਾ ਹੋਰ ਵਧੀਆ ਤਰੀਕੇ ਨਾਲ, ਉਹਦੇ ਉੱਪਰ ਵਿਚਾਰ ਚੱਲ ਰਿਹਾ, ਉਹਦਾ ਵੀ ਜਲਦ ਤੋਂ ਜਲਦ ਸਮਾਧਾਨ ਕੱਢਣਾ। ਸਰ ਜੀ, ਮੁਹੱਲਾ ਕਲੀਨਿਕ ਖੁੱਲ੍ਹ ਰਹੇ ਨੇ, ਸਰਕਾਰ ਨੂੰ ਲਗਾਤਾਰ ਕੈਂਪ ਲਾਏ ਜਾ ਰਹੇ ਨੇ, ਸਰਕਾਰ ਆਪਕੇ ਦੁਆਰਾ, ਬਹੁਤ ਸਾਰੇ ਲੋਕਾਂ ਨੂੰ ਵੀ ਸਹੂਲਤਾਂ ਮਿਲਦੀਆਂ ਨੇ, ਬਲੌਂਗੀ 'ਚ ਵੀ ਉਸ ਤਰ੍ਹਾਂ ਦਾ ਕੈਂਪ ਲੱਗਣ ਜਾ ਰਿਹਾ, ਅਲੱਗ ਅਲੱਗ ਇਲਾਕਿਆਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਕੈਂਪ ਲਗਾਤਾਰ ਲੱਗ ਰਹੇ ਨੇ? ਨਹੀਂ, ਬਲੌਂਗੀ ਵਿੱਚ ਵੀ ਜ਼ਰੂਰ ਲੱਗੇਗਾ ਜੀ, ਲੱਗ ਵੀ ਗਿਆ ਅਤੇ ਅੱਗੇ ਜਿਹੜੇ ਲੋਕਾਂ ਕੁਛ ਰਹਿ ਵੀ ਗਏ ਨੇ ਉਹ ਵੀ ਹੁਣ ਦੁਬਾਰ ਤੋਂ ਲਾਵਾਂਗੇ ਜਿੱਥੇ ਕੰਮ ਰਹਿ ਗਿਆ ਹੋਇਆ। ਇਹ ਮੁਹੱਲਾ ਕਲੀਨਿਕ ਆ, ਜੇ ਜਿਹੜੇ ਪੋਲਿਸੀ ਹੈ ਕਿ ਆਪ ਦੀ ਸਰਕਾਰ ਆਪ ਦੇ ਦੁਆਰ, ਇਹਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲ ਰਹੀ ਹੈ, ਲੋਕਾਂ ਦੇ ਕੰਮ ਜਲਦੀ ਹੋ ਰਹੇ ਨੇ, ਅਤੇ ਲੋਕਾਂ ਨੂੰ ਖਾਸ ਕਰਕੇ ਆਪਣੇ ਘਰੋਂ ਜਾ ਕੇ ਦਫ਼ਤਰਾਂ ਤੱਕ ਜਾਣ ਦਾ ਸਫ਼ਰ ਜਿਹੜਾ ਹੈ ਉਹ ਖਤਮ ਹੋਇਆ। ਉੱਥੇ ਜਾ ਕੇ ਕਈ ਵਾਰ ਅਫਸਰ ਤੰਗ ਕਰਨਾ ਹੁੰਦੇ ਨੇ ਜਾਂ ਖੱਜਲ ਖੁਆਰੀ ਹੁੰਦੀ, ਉਹ ਸਾਰੀਆਂ ਚੀਜ਼ਾਂ ਬੰਦ ਹੁੰਦੀਆਂ ਨੇ, ਸੋ ਵੱਧ ਤੋਂ ਵੱਧ ਲੋਕਾਂ ਨੂੰ ਇਸ 'ਚ ਲਾਭ ਮਿਲ ਰਿਹਾ, ਅਤੇ ਮੈਂ ਚਾਹਾਂਗਾ ਵੀ ਹੋਰ ਵੀ ਲੋਕ ਵੱਧ ਚੜ੍ਹ ਕੇ ਇਹ 'ਚ ਹਿੱਸਾ ਲੈਣ। ਮੇਰਾ ਨਾਮ ਪ੍ਰਿਤਪਾਲ ਸਿੰਘ, ਬਲੌਂਗੀ। ਕੀ ਕਹਿਣਾ ਚਾਹੋਗੇ ਬਲੌਂਗੀ ਦੇ ਵਿੱਚ ਮੁਹੱਲਾ ਕਲੀਨਿਕ ਖੁੱਲ੍ਹਿਆ,
ਕਿੰਨੀ ਖੁਸ਼ੀ ਦੀ ਗੱਲ ਆ ਤੁਹਾਨੂੰ ਲੱਗਦਾ ਕਿ ਇੱਥੇ ਜਿਹੜੀਆਂ ਸਹੂਲਤਾਂ ਮਿਲਣਗੀਆਂ ਤੁਹਾਨੂੰ? ਦੇਖੋ ਜੀ, ਮੈਨੂੰ ਤੁਹਾਡੀ ਗੱਲ ਸੁਣੀ ਤਾਂ ਨਹੀਂ ਚੰਗੀ ਤਰ੍ਹਾਂ ਸਮਾਰ ਕੇ ਮੈਂ ਉੱਚੀ ਸੁਣਦਾ, ਪਰ ਮੈਂ ਬਹੁਤ ਖੁਸ਼ ਹਾਂ ਕਿ ਸਹੂਲਤਾਂ ਸਾਨੂੰ ਜੋ ਮਿਲ ਰਹੀਆਂ ਨੇ। ਆਮ ਆਦਮੀ ਪਾਰਟੀ ਕਹਿਣ ਨੂੰ ਨਹੀਂ ਹੈਗੀ, ਕਰਨ ਨੂੰ ਆ ਕੰਮ ਜੋ ਕੰਮ ਕਰਦੇ ਨੇ। ਦੇਖੋ ਪਹਿਲਾਂ ਇਹਨਾਂ ਨੇ ਬਿਜਲੀ ਮਾਫ ਕੀਤੀ ਆ, ਸਾਨੂੰ ਬੜਾ ਬੈਨੀਫਿਟ ਹੋਇਆ, ਬਹੁਤ ਵਧੀਆ ਲੱਗਿਆ, ਬਹੁਤ ਵਧੀਆ ਲੱਗਿਆ। ਮੈਂ ਅਸੀਂ ਕਹਿ ਰਿਹਾ ਸੀ, ਮੈਂ ਕਿਹਾ DA ਮਿਲੇ ਨਾ ਮਿਲੇ, ਪਰ ਬਿਜਲੀ ਦਾ ਸਾਨੂੰ ਬਿਲਕੁਲ ਬੜਾ ਬੈਨੀਫਿਟ ਹੈ। ਅੱਛਾ, ਕੱਲ੍ਹ ਹੁਣ ਜਿਹਨਾਂ ਨੇ ਕਾਰਡ ਨੇ ਰਾਸ਼ਨ ਕਾਰਡ, ਉਹਨਾਂ ਨੂੰ ਕਣਕ 5-7-10 ਦਿਨਾਂ 'ਚ ਮਿਲ ਗਈ, ਮਿਲ ਗਈ। ਮਤਲਬ ਜੇ ਇਹ ਕੰਮ ਵਾਰ ਵਾਰ ਕਰਦੇ ਨੇ, ਹੁਣ ਇਹਨੇ ਸਾਰਾ ਪਿੰਡ ਬੁਲਾ ਲਿਆ, ਉਹਨਾਂ ਨੂੰ ਚਾਹੀਦਾ ਸੀ ਕਿ ਵਾਰ ਵਾਰ ਬਣਾਉਂਦੇ, ਇੱਕ ਵਾਰ ਅੱਜ ਬੁਲਾ ਲਿਆ, ਦੋ ਵਾਰ ਕੱਲ੍ਹ ਬੁਲਾ ਲਿਆ, ਉਹਦੇ ਨਾਲ ਕੀ ਸੀਗਾ ਕਿ ਰਸ਼ ਨਹੀਂ ਹੋਣਾ ਸੀ। ਚਲੋ ਠੀਕ ਹੋ ਗਿਆ। ਹਾਂ, ਅਤੇ ਆਮ ਆਦਮੀ ਪਾਰਟੀ ਹੈ ਜਿਹੜਾ ਸਾਨੂੰ ਖੁੱਲ੍ਹਿਆ, ਹਸਪਤਾਲ ਜਾਣਾ ਪੈਂਦਾ ਸੀ, 10 ਰੁਪਏ ਜਾਣ, 10 ਰੁਪਏ ਆਉਣ, 10 ਰੁਪਏ ਫੀਸ, 30 ਰੁਪਏ ਤਾਂ ਹੀ ਲੱਗ ਜਾਂਦੇ ਸੀ, 50 ਰੁਪਏ ਦਾ ਖਰਚ ਸਾਡਾ ਬਚ ਗਿਆ। ਇਹ ਵਧੀਆ ਹੋ ਗਿਆ, ਹੋਰ ਵੀ ਜਿਹੜੇ ਕੰਮ ਹੋ ਰਹੇ ਨੇ ਵਧੀਆ ਹੋ ਰਹੇ ਨੇ। ਵੈਰੀ ਗੁੱਡ, ਨਾਈਸ, ਬਹੁਤ ਖੁਸ਼ੀ ਗੱਲ। ਮੈਂ ਜੀ ਕਮਲ ਜੀ, CM ਸਾਹਿਬ ਨੇ ਜਿਹੜੀਆਂ ਹੁਣ ਨਾ ਸਹੂਲਤਾਂ ਮੁਹੱਈਆ ਕਰਵਾ ਰਹੀਆਂ, ਜਿਵੇਂ ਆਟਾ ਦਾਲ ਦੀ ਸਕੀਮ ਆ, ਬੇਸ਼ੱਕ ਮੈਂ ਉਹਦੇ ਵਿੱਚ ਨਹੀਂ ਵੀ ਹੈਗਾ ਐਲੀਜੀਬਲ, ਮੈਂ ਬੈਨੀਫਿਟ ਨਹੀਂ ਲੈ ਰਿਹਾ, ਮੈਂ ਲੈ ਵੀ ਨਹੀਂ ਸਕਦਾ, ਪਰ ਮੈਂ ਇਹਨਾਂ ਦੇ ਕੰਮਾਂ ਤੋਂ ਬਹੁਤ ਸੰਤੁਸ਼ਟ ਹਾਂ। ਆਮ ਆਦਮੀ ਪਾਰਟੀ ਦੇ ਜਿਸ ਤਰ੍ਹਾਂ ਕਲੀਨਿਕ ਖੋਲ੍ਹੇ ਜਾ ਰਹੇ ਆ, ਜਾਂ ਉਹ ਬਿਜਲੀ ਮਾਫ਼ ਹੋ ਰਹੀ ਹੈ, ਜਾਂ ਹੋਰ ਵੀ ਕਈ ਕੰਮ ਹੈ ਨਾ ਉਹਨਾਂ ਦੇ, ਮੈਂ ਅਸੀਂ ਪਹਿਲੀਆਂ ਸਰਕਾਰਾਂ ਨਾਲੋਂ ਜ਼ਿਆਦਾ ਜ਼ਿਆਦਾ ਖੁਸ਼ ਹਾਂ। ਬਿਜਲੀ ਮਾਫ਼ ਵਾਲਾ ਤਾਂ ਬਹੁਤ ਬੜਾ ਜ਼ਿਆਦਾ ਬੈਨੀਫਿਟ ਹੈ ਕਹਿੰਦੇ, ਬਹੁਤ ਬਿੱਲ ਤਾਂ ਕਹਿੰਦੇ ਆਉਂਦਾ ਹੀ ਨਹੀਂ ਹੈਗਾ। ਹਾਂਜੀ, ਬਿਜਲੀ ਦਾ ਬਿੱਲ ਤਾਂ ਕਹਿੰਦੇ ਆਉਂਦਾ ਹੀ ਨਹੀਂ ਆਉਂਦਾ ਜੀ ਉਹਦਾ, ਅਸੀਂ ਉਸ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਅਸੀਂ ਬਹੁਤ ਖੁਸ਼ ਹਾਂ, ਇਸ ਮਾਨ ਸਰਕਾਰ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਦਿਲੋਂ ਅਸੀਂ ਜਾਣੀ ਕਰਦੇ ਹਾਂ। ਜਿਹੜੇ ਕਲੀਨਿਕ ਵੀ ਖੋਲ੍ਹੇ ਜਾ ਰਹੇ, ਬਹੁਤ ਵਧੀਆ, ਗਰੀਬ ਜਨਤਾ ਵਾਸਤੇ, ਸਾਡੇ ਆਮ ਆਦਮੀਆਂ ਵਾਸਤੇ ਬਹੁਤ ਵਧੀਆ ਇਹ ਇੱਕ ਪਹਿਲ ਕੀਤੀ ਜਾ ਰਹੀ ਆ, ਇਹ ਵਧੀਆ ਕਦਮ ਉਠਾਏ ਜਾ ਰਹੇ ਆ। ਅਸੀਂ ਇਸ ਤੋਂ ਪਹਿਲੀਆਂ ਸਰਕਾਰਾਂ ਸਾਨੂੰ ਨਹੀਂ ਇੱਦਾਂ ਦੇ ਕੋਈ ਮਤਲਬ ਉਪਲਬਧੀਆਂ ਹੋਈਆਂ ਸੀ ਮਿਲੀਆਂ, ਇਹ ਚੀਜ਼ਾਂ ਸਾਡੇ ਹੁਣ ਅਸੀਂ ਦੇਖ ਰਹੇ ਹਾਂ, ਤਾਂ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਔਰ ਸ਼ਲਾਘਾ ਵੀ ਕਰਦੇ ਹਾਂ ਸਰਕਾਰ ਦੀ। ਠੀਕ ਹੈ, ਧੰਨਵਾਦ।